ਮੇਰਾ 1 ਕੁਇੰਟਲ 62 ਕਿਲੋ ਵੇਟ ਸੀ। ਮੈਂ ਤੁਰ ਕੇ ਥੋੜ੍ਹਾ 5 ਵੀ ਨਹੀਂ ਜਾ ਸਕਦਾ। ਇੱਕ ਮੇਰਾ ਬੀਬੀ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ। ਮੇਰੇ ਪਰਿਵਾਰ ਨੇ ਬਹੁਤ ਸਾਥ ਦਿੱਤਾ, ਮੈਂ ਪਰੇਡ ਕਰਾਇਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਮੇਰਾ ਮਹਿਮਾ ਜੀ, ਜ਼ਿਲ੍ਹਾ ਸਾਡਾ ਫਿਰੋਜ਼ਪੁਰ ਹੈ। ਸੁਖਦੇਵ ਸਿੰਘ ਮੇਰਾ ਨਾਂ ਹੈ ਜੀ। ਮੇਰਾ 1 ਕੁਇੰਟਲ 62 ਕਿਲੋ ਵੇਟ ਸੀ ਅਤੇ ਮੇਰਾ ਕੋਈ ਦੋਸਤ ਸੀ, ਉਹਨੇ ਸਾਨੂੰ ਅਮਦ ਸੂਦ ਡਾਕਟਰ ਸਾਹਿਬ ਨਾਲ ਮਿਲੇ ਸੀ ਫਿਰੋਜ਼ਪੁਰ। ਇਹਨਾਂ ਨਾਲ ਗੱਲਬਾਤ ਕੀਤੀ ਅਤੇ ਇਹਨਾਂ ਤੋਂ ਫਿਰ ਅਸੀਂ ਮੋਗੇ ਤੋਂ ਪਰੇਡ ਕਰਾਇਆ ਜੀ। ਅਤੇ ਹੁਣ ਮੇਰਾ ਵੇਟ 1 ਕੁਇੰਟਲ 20 ਕਿਲੋ ਹੈ ਜੀ। ਅਤੇ ਵੇਟ ਬਹੁਤ ਵਧੀਆ ਘੱਟ ਗਿਆ, 7 ਮਹੀਨੇ ਵੇਟ ਘਟਿਆ ਜੀ। ਅਤੇ ਬਹੁਤ ਵਧੀਆ, ਮੈਨੂੰ ਤੁਰਨ ਦੀ ਦਿੱਕਤ ਬਹੁਤ ਜ਼ਿਆਦਾ ਸੀ। ਮੈਂ ਤੁਰ ਕੇ ਥੋੜ੍ਹਾ 5 ਵੀ ਨਹੀਂ ਜਾ ਸਕਦਾ। ਇੱਕ ਮੇਰਾ ਬੀਪੀ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ, ਬੀਪੀ ਦੀ ਗੋਲੀ ਖਾਣੀ ਪੈਂਦੀ, ਬੀਪੀ ਵੱਧ ਜਾਂਦਾ ਸੀ, ਹੋਰ ਵੀ ਸਮੱਸਿਆ ਬਹੁਤ ਜ਼ਿਆਦਾ ਹੀ ਸੀ। ਹੁਣ ਮੈਂ ਤੜਕੇ ਉੱਠ ਪੀਦਾ, ਜਿੰਮ ਚਲੇ ਜਾਈਦਾ, ਹੋਰ ਵਧੀਆ। ਹੁਣ ਮੈਨੂੰ ਟੁਰਨ ਦੀ, ਸਾਈਕਲ ਚਲਾਉਣ ਦੀ ਹੁਣ ਮੈਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ, ਬਹੁਤ ਵਧੀਆ ਹੈ। ਅਤੇ ਨਾਲੇ ਜਿਹੜਾ ਸਟਾਫ ਹੈ ਇਹਨਾਂ ਦਾ ਧੰਨਵਾਦ ਕਰਨੇ ਆ, ਬਹੁਤ ਵਧੀਆ ਸਟਾਫ, ਚੰਗਾ ਹੈ। ਡਾਕਟਰ ਸਾਹਿਬ ਦਾ ਦਿਲੋਂ ਧੰਨਵਾਦ ਹੈ। ਡਾਕਟਰ ਸਾਹਿਬ ਦਾ ਜੀ ਸ਼ੁਕਰਾਨਾ ਕਰਨੇ ਆ ਬਹੁਤ ਜ਼ਿਆਦਾ। ਪਹਿਲਾਂ ਤਾਂ ਇਹ ਆ ਵੀ ਮੈਂ ਬੀਪੀ ਤੋਂ ਗੋਲੀ ਖਾਂਦਾ ਸਾਂ, ਹੋਰ ਵੀ ਸੀ ਜਿਹੜੀ ਕੋਈ ਪੀੜ ਪੂੜ ਤੋਂ ਕਈ ਤਰ੍ਹਾਂ ਦੀਆਂ ਖਾਂਦੇ ਹਾਂ, ਸਾਰੀਆਂ ਛੁਟਕਾਰਾ ਮਿਲ ਗਿਆ ਜੀ। ਅਤੇ ਜਿਹੜੇ ਕੋਈ ਮੇਰੀ ਉਮਰਾਂ ਦੇ ਨੇ, ਜੇ ਕੋਈ ਮੇਰੀ ਉਮਰਾਂ ਤੋਂ ਜ਼ਿਆਦਾ ਨੇ, ਉਹ ਵੀ ਆਣ ਕੇ ਡਾਕਟਰ ਸਾਹਿਬ ਨੂੰ ਮਿਲਣ, ਘਰਾਂ 'ਚ ਲੋਕ ਕੇ ਨਾ ਬਹਿਣ। ਇਹ ਜਿਹੜਾ ਮੋਟਾਪਾ ਹੈ ਜੀ, ਇਹ ਬਹੁਤ ਬਿਮਾਰੀ ਵੱਡੀ ਹੈ, ਇਹ ਕੋੜ 1 ਹਿਸਾਬ ਦਾ ਲੱਗਾ ਹੋਇਆ ਇਹ ਜੀ। ਹੁਣ ਮੈਨੂੰ ਪਤਾ, ਹੁਣ ਵਧੀਆ ਟੋਰਾ ਫੇਰਾ ਜਿਵੇਂ ਮਰਜ਼ੀ, ਕੋਈ ਟੈਨਸ਼ਨ ਕੋਣੀ। ਮੇਰੇ ਪਰਿਵਾਰ ਨੇ ਬਹੁਤ ਸਾਥ ਦਿੱਤਾ, ਮੈਂ ਪਰੇਡ ਕਰਾਇਆ। ਡਾਕਟਰ ਅਮਦ ਸੂਦ ਮੋਗੇ ਦੇ ਵਿੱਚ ਬਹੁਤ ਵੱਡਾ ਹੋਸਪਿਟਲ ਖੜ੍ਹਾ ਕਰ ਰਿਹਾ ਜੀ। ਹਰੇਕ ਤਰ੍ਹਾਂ ਦਾ ਪਰੇਡ ਹੋਵੇ ਤਾਂ ਇੱਥੇ ਆਣ ਕੇ ਡਾਕਟਰ ਸਾਹਿਬ ਨੂੰ ਮਿਲੋ। ਅਤੇ ਸਾਰਿਆਂ ਦਾ ਜੀ ਧੰਨਵਾਦ।